ਨੀਤੀ ਕਾਨੂੰਨ ਰੱਦ ਕਰੋ, ਰੱਦ ਕਰੋ, ਰੱਦ ਕਰੋ। ਇਹ ਗੱਲ ਹੈ ਜੀ, ਜਿਹੜਾ ਇਹ ਅੰਦੋਲਨ ਚੱਲ ਰਿਹਾ ਕਿਸਾਨਾਂ ਦਾ, ਇਹਦੇ ਵਿੱਚ ਜੋ ਮੋਦੀ ਸਰਕਾਰ ਨੇ 3 ਕਾਨੂੰਨ ਪਾਸ ਕੀਤੇ, ਇੱਕ ਬਿਜਲੀ ਸੋਧ ਬਿੱਲ 2020 ਲੈ ਕੇ ਆਉਂਦਾ, ਔਰ ਇੱਕ ਜਿਹੜਾ ਪਰਾਲੀ ਨਾਲ ਸੰਬੰਧਿਤ ਕਾਨੂੰਨ ਲੈ ਕੇ ਆਉਂਦਾ। ਇਹ ਕਿਸਾਨਾਂ ਦੇ ਤਾਂ ਵਿਰੋਧੀ ਹੈ ਹੀ, ਸਭ ਕਿਸਾਨਾਂ ਦੀ ਵਿਰੋਧੀ ਹੈ ਇਹ, ਪਰ ਇਹ ਤੋਂ ਇਲਾਵਾ ਅਸੀਂ ਕਹਿ ਸਕਦੇ ਹਾਂ ਕਿ ਇਹ ਖੇਤ ਮਜ਼ਦੂਰਾਂ ਦੇ, ਸ਼ਹਿਰੀ ਗਰੀਬਾਂ ਦੇ, ਔਰ ਇਸ ਤੋਂ ਇਲਾਵਾ ਅਸੀਂ ਕਹਿ ਸਕਦੇ ਹਾਂ ਕਿ ਸਮੂਹ ਮੁਲਕ ਦੇ ਵਾਸੀਆਂ ਦੇ, ਜਿਹੜੇ ਵੀ ਮਿਹਨਤ ਕਰਨ ਵਾਲੇ ਲੋਕ ਆ, ਉਹਨਾਂ ਸਭਨਾਂ ਦੇ ਖਿਲਾਫ ਆ। ਜਿਸ ਤਰੀਕੇ ਦੇ ਨਾਲ ਜਦੋਂ ਸਰਕਾਰ ਨੇ ਮੰਡੀ ਕਰਨ ਵਾਲਾ ਕਾਨੂੰਨ ਲੈ ਕੇ ਆਉਂਦਾ, ਜਦੋਂ ਸਰਕਾਰ ਨੇ ਫਸਲਾਂ ਦੀ ਖਰੀਦ ਨਹੀਂ ਕਰਨੀ ਗੀ, ਤਾਂ ਇਹਦੇ ਨਾਲ ਜੋ PDS ਦਾ ਸਿਸਟਮ ਆ, ਜਨਤਕ ਵੰਡ ਪ੍ਰਣਾਲੀ ਦੇ ਤਹਿਤ ਲੋਕਾਂ ਨੂੰ ਸਸਤਾ ਅਨਾਜ ਮਿਲ ਰਿਹਾ ਜਿਹੜਾ, ਉਹ ਪੂਰੀ ਤਰ੍ਹਾਂ ਦੇ ਨਾਲ ਬੰਦ ਹੋਊਗਾ। ਸਾਡੇ ਮੁਲਕ ਦੇ ਪ੍ਰਧਾਨ ਮੰਤਰੀ ਦਾਅਵਾ ਕਰ ਰਹੇ ਆ ਕਿ ਲੋਕਡਾਊਨ ਦੇ ਦੌਰਾਨ ਅਸੀਂ 80 ਕਰੋੜ ਪਰਿਵਾਰਾਂ ਨੂੰ ਅਨਾਜ ਦਿੱਤਾ, ਜਿਹਦਾ ਮਤਲਬ ਇਹ ਆ ਕਿ ਇਹਨਾਂ 80 ਕਰੋੜ ਪਰਿਵਾਰਾਂ ਦੇ ਵਿੱਚ ਅਨਾਜ ਮੁੱਲ ਲੈ ਕੇ ਖਾਣ ਦੀ ਸਮਰੱਥਾ ਨਹੀਂ ਸੀ। ਇਸ ਵਾਸਤੇ ਮੁਲਕ ਦੀ ਬਹੁਤ ਵੱਡੀ ਜਨਤਾ ਇਸ ਕਿਸਮ ਦੀ ਆ, ਜਿਹਦੇ 'ਚ ਸ਼ਹਿਰੀ ਗਰੀਬ ਵੀ ਆ, ਖੇਤ ਮਜ਼ਦੂਰ ਵੀ ਆ, ਹੋਰ ਛੋਟੇ ਕਿੱਤਿਆਂ ਵਾਲੇ ਲੋਕ ਵੀ ਆ, ਜਿਨ੍ਹਾਂ ਨੂੰ ਸਸਤੇ ਅਨਾਜ ਦੀ ਜ਼ਰੂਰਤ ਆ। ਅਗਰ ਇਹ ਕਾਨੂੰਨ ਜਦੋਂ ਲਾਗੂ ਹੋ ਜਾਂਦੇ ਆ, ਤਾਂ ਇਹ ਸਭਨਾਂ ਲੋਕਾਂ ਦੇ ਉੱਤੇ ਇਹਦੇ ਦੁਰਪ੍ਰਭਾਵ ਪੈਣਗੇ, ਇੱਕ ਇਹ ਗੱਲ ਆ। ਇਸ ਕਰਕੇ ਇਹ ਕਾਨੂੰਨ ਉਹਨਾਂ ਸਭਨਾਂ ਲੋਕਾਂ ਦੇ ਭਾਰੂ ਪੈਣਾ, ਅਤੇ ਉਹਨਾਂ ਸਭਨਾਂ ਦਾ ਘੋਲ ਬਣਦਾ ਹੈ। ਔਰ ਦੂਸਰੀ ਗੱਲ, ਜਿੱਥੋਂ ਤੱਕ ਇਹ ਆ ਕਿ ਜ਼ਰੂਰੀ ਵਸਤਾਂ ਸੋਧ ਐਕਟ 1955 ਵਾਲਾ ਜਿਹੜਾ ਇਹਨਾਂ ਨੇ ਬਦਲਿਆ, ਉਹਦੇ ਤਹਿਤ ਜੋ ਜ਼ਖੀਰੇਬਾਜ਼ੀ ਨੂੰ, ਕਾਲਾ ਬਾਜ਼ਾਰੀ ਨੂੰ ਨੱਥ ਪਾਉਣ ਵਾਲਾ ਕਾਨੂੰਨ ਸੀ, ਉਹਦੇ 'ਚ ਤਬਦੀਲੀ ਕਰਕੇ ਮੋਦੀ ਹਕੂਮਤ ਨੇ ਇਹਨਾਂ ਕਾਰਪੋਰੇਟ ਘਰਾਣਿਆਂ ਨੂੰ, ਵੱਡੀਆਂ ਕੰਪਨੀਆਂ ਨੂੰ, ਵੱਡੇ ਵਪਾਰੀਆਂ ਨੂੰ ਇਹ ਛੋਟਾਂ ਦਿੱਤੀਆਂ ਕਿ ਉਹ ਜਿੰਨਾ ਮਰਜ਼ੀ ਅਨਾਜ ਜਮ੍ਹਾਂ ਕਰ ਲੈਣ, ਜਿੰਨਾ ਮਰਜ਼ੀ ਪਿਆਜ਼ ਜਮ੍ਹਾਂ ਕਰ ਲੈਣ, ਔਰ ਹੋਰ ਵਸਤਾਂ ਜਮ੍ਹਾਂ ਕਰ ਲੈਣ। ਇਹ ਵਸਤਾਂ ਜਮ੍ਹਾਂ ਕਰਕੇ ਉਹ ਨਕਲੀ ਕਿਲਤ ਪੈਦਾ ਕਰਨ ਦੇ ਰਾਹੀਂ ਮਹਿੰਗਾਈ ਜਿਹੜੀ ਪਹਿਲਾਂ ਹੀ ਬੇਕੰਟਰੋਲੀ ਹੋਈ ਵੀ ਆ, ਇਹ ਕਾਨੂੰਨ ਹੁੰਦੇ ਹੋਏ ਉਹ ਮਹਿੰਗਾਈ ਬੇਕੰਟਰੋਲੀ ਆ। ਜਦੋਂ ਇਹ ਕਾਨੂੰਨ ਖਤਮ ਕਰ ਦਿੱਤਾ ਗਿਆ, ਨਵਾਂ ਕਾਨੂੰਨ ਲਾਗੂ ਹੋ ਗਿਆ, ਤਾਂ ਇਹਦੇ ਨਾਲ ਸਭਨਾਂ ਜਿਹੜੇ ਲੋਕ ਆ, ਜਿਹੜੇ ਮੁੱਲ ਲੈ ਕੇ ਖਾਣ ਵਾਲੇ ਆ ਚੀਜ਼ਾਂ, ਉਹਨਾਂ ਦੇ ਉੱਤੇ ਮਹਿੰਗਾਈ ਵਧਣ ਦਾ ਬਹੁਤ ਦੁਰਪ੍ਰਭਾਵ ਪਵੇਗਾ। ਇਸ ਕਰਕੇ ਵੀ ਇਹ ਕਾਨੂੰਨ ਸਿਰਫ ਕਿਸਾਨਾਂ ਦਾ ਹੀ ਘਾਣ ਕਰਨ ਵਾਲੇ ਨਹੀਂ, ਇਹ ਕਾਨੂੰਨ ਹੋਰਨਾਂ ਲੋਕਾਂ ਦੇ ਉੱਤੇ ਵੀ ਭਾਰੂ ਪੈਣ ਵਾਲੇ ਆ। ਜਿਹੜਾ ਵੀ ਹਿੰਦੁਸਤਾਨ ਦਾ ਵਿਅਕਤੀ ਸ਼ੁੱਧ ਵਾਤਾਵਰਨ ਦੇ ਵਿੱਚ ਚੰਗਾ ਸਾਹ ਲੈਣਾ ਚਾਹੁੰਦਾ, ਚੰਗੀ ਸਿਹਤ ਚਾਹੁੰਦਾ, ਉਹ ਇਹ ਕਾਨੂੰਨ ਉਹਨਾਂ ਦੇ ਖਿਲਾਫ ਆ। ਇਸ ਕਰਕੇ ਉਹਨਾਂ ਨੂੰ ਵੀ ਇਹ ਕਾਨੂੰਨਾਂ ਦੇ ਖਿਲਾਫ ਆਵਾਜ਼ ਉਠਾਉਣ ਦੀ ਲੋੜ ਆ। ਇਸ ਤੋਂ ਇਲਾਵਾ ਜਿਸ ਕਿਸਮ ਦੀ ਖੇਤੀ ਕਰਾਉਣ ਦੀਆਂ ਸਰਕਾਰ ਦੀਆਂ ਫੈਸਲੇ ਆ, ਜਦੋਂ ਅਸੀਂ ਕੰਟਰੈਕਟ ਫਾਰਮਿੰਗ ਦੀ ਵੀ ਗੱਲ ਕਰਦੇ ਹਾਂ, ਤਾਂ ਫਸਲ ਕੀ ਹੋਵੇ, ਕੀ ਬੀਜਿਆ ਜਾਵੇ, ਇੱਥੇ ਅਨਾਜ ਪੈਦਾ ਕੀਤਾ ਜਾਵੇ, ਕਣਕ ਪੈਦਾ ਕੀਤੀ ਜਾਵੇ, ਝੋਨਾ ਪੈਦਾ ਕੀਤਾ ਜਾਵੇ, ਮੁਲਕ ਦੇ ਲੋਕਾਂ ਦੀਆਂ ਲੋੜਾਂ ਦੇ ਮੁਤਾਬਕ ਚੀਜ਼ਾਂ ਪੈਦਾ ਕੀਤੀਆਂ ਜਾਣ, ਜਾਂ ਬਹੁ ਕੌਮੀ ਕਾਰਪੋਰੇਟ ਘਰਾਣਿਆਂ ਦੀਆਂ ਲੋੜਾਂ ਦੇ ਮੁਤਾਬਕ ਚੀਜ਼ਾਂ ਪੈਦਾ ਕੀਤੀਆਂ ਜਾਣ, ਉਹ ਆਪਦੇ ਮੁਨਾਫਿਆਂ ਦੀ ਖਾਤਰ ਖੇਤੀ ਨੂੰ ਪੂਰੀ ਤਰ੍ਹਾਂ ਦੇ ਨਾਲ ਕੰਟਰੋਲ ਕਰਨਗੇ। ਜਦੋਂ ਇਸ ਤਰ੍ਹਾਂ ਦੇ ਨਾਲ ਕੰਟਰੋਲ ਹੋਊਗੀ ਖੇਤੀ, ਤਾਂ ਮੁਲਕ ਦੇ ਵਿੱਚ ਕਾਲ ਪੈਣ ਵਰਗੇ, ਅੰਨ ਦਾ ਸੰਕਟ ਖੜਾ ਹੋਣ ਵਰਗੀਆਂ ਇਹ ਹਾਲਤਾਂ ਪੈਦਾ ਹੋਣਗੀਆਂ, ਜਿਹਦੇ ਕਰਕੇ ਇਹ ਕਾਨੂੰਨ ਸਮੂਹ ਹਿੰਦੁਸਤਾਨ ਦੀ ਮਿਹਨਤਕਸ਼ ਜਨਤਾ ਦੇ ਖਿਲਾਫ ਆ। ਔਰ ਸਮੂਹ ਮਿਹਨਤਕਸ਼ ਲੋਕਾਂ ਨੂੰ ਹੀ ਇਹਦੇ ਵਿੱਚ ਸਾਥ ਦੇਣਾ ਚਾਹੀਦਾ। ਬਿਨਾਂ ਸ਼ੱਕ ਕਿਸਾਨ ਭਾਈਚਾਰਾ ਇਹਦੇ ਵਿੱਚ ਮੋਢੀ ਹੋਇਆ ਵਿਆ, ਕਿਉਂਕਿ ਉਹਨਾਂ ਨੂੰ ਜ਼ਮੀਨਾਂ ਖੁੱਸਣ ਦਾ ਜਾਂ ਹੋਰ ਕਰਨ ਦਾ ਬਹੁਤ ਵੱਡੀ ਪੱਧਰ ਦੇ ਉੱਤੇ ਖਤਰਾ ਖੜਾ ਹੋਇਆ, ਪਹਿਲਾ ਵਾਰ ਉਹਨਾਂ 'ਤੇ ਆ, ਪਰ ਇਹਦੀ ਲਪੇਟ ਦੇ ਅੰਦਰ ਸਾਰੇ ਹੀ ਲੋਕਾਂ ਨੇ ਆਉਣਾ। ਇਸ ਕਰਕੇ ਇਹ ਕਾਨੂੰਨ ਸਿਰਫ ਕਿਸਾਨਾਂ ਵਾਸਤੇ ਭਾਰੂ ਨਹੀਂ ਪੈਣ ਵਾਲੇ, ਸਾਰੇ ਮੁਲਕ ਵਾਸੀਆਂ ਵਾਸਤੇ ਇਹਨਾਂ ਦਾ ਬਹੁਤ ਖਮਿਆਜ਼ਾ ਭੁਗਤਣਾ ਪਊਗਾ।